ਦੋਸਤੋ ਮਰੂਤੀ ਸੰਜੁਕੀ ਦੇ ਪਟਾਰੇ ਚੋਂ ਇੱਕ ਹੋਰ ਗੱਡੀ ਨਿਕਲ ਕੇ ਆਈ ਹੈ ਜਿਹਦਾ ਨਾਮ ਕੰਪਨੀ ਫਰੌਂਕਸ ਦੱਸ ਰਹੀ ਹੈ ਤੇ ਜਾਂ ਕਹਿ ਲਈਏ ਕਿ ਇਹ ਗੱਡੀ ਬਲੈਨੋ ਦਾ ਹੀ ਅਪਡੇਟ ਵਰਜਨ ਹੈ ਜਾਂ ਬਲੈਨੋ ਦੀ ਨੈਕਸਟ ਵਰਜਨ ਹੈ ਇਹਨੂੰ ਪਿੱਛੇ ਬਲੈਨੋ ਕ੍ਰੋਸ ਵੀ ਕਿਹਾ ਜਾ ਰਿਹਾ ਸੀ ਪਰ ਹੁਣ ਕੰਪਨੀ ਨੇ ਫਰੌਂਕਸ ਨਾਮ ਰੱਖਤਾ ਹੈ ਦਾ ਪਰ ਬਲੈਨੋ ਨਾਲੋਂ ਇਹਦਾ ਸਾਈਜ਼ ਦਾ ਥੋੜਾ ਥੋੜਾ ਫਰਕ ਆ ਥੋੜੀ ਜੀ ਚੌੜੀ ਆ ਥੋੜੀ ਜੀ ਉੱਚੀ ਆ ਤੇ ਸਪੀਸ਼ੀਅਸ ਬਲੈਨੋ ਨਾਲੋਂ ਜ਼ਿਆਦਾ ਵਾ ਤੇ ਲੁੱਕ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਡਿਫਰੈਂਟ ਬਣاتی ਹੈ ਕੱਲੀ ਕੱਲੀ ਡਿਟੇਲ ਤੁਹਾਨੂੰ ਮੈਂ ਸਾਰੀ ਵੀਡੀਓ ਦੇ ਵਿੱਚ ਦੱਸਦਾ ਦੋਸਤੋ ਇਹ ਗੱਡੀ ਹਜੇ ਮਰੂਤੀ ਸੰਜੁਕੀ ਵੱਲੋਂ ਲਾਂਚ ਨਹੀਂ ਕੀਤੀ ਗਈ ਸਿਰਫ ਅਨਵੀਲ ਕੀਤੀ ਗਈ ਹੈ ਕੰਪਨੀ ਦਾ ਕਹਿਣਾ ਹੈ ਕਿ ਆਪਾਂ ਮਾਰਚ ਅਪ੍ਰੈਲ ਦੇ ਵਿੱਚ ਇਹਨੂੰ ਲਾਂਚ ਕਰ ਦਾਂਗੇ ਤੇ ਜੇ ਇਹਦੇ ਫਰੰਟ ਦੀ ਗੱਲ ਕਰੀਏ ਤੇ ਇਹ ਬਿਲਕੁਲ ਗ੍ਰੈਂਡ ਵਿਟਾਰਾ ਦੀ ਕਾਪੀ ਕੀਤੀ ਗਈ ਹੈ ਇਹਨੂੰ ਛੋਟੀ ਗ੍ਰੈਂਡ ਵਿਟਾਰਾ ਵੀ ਕਹਿ ਸਕਦੇ ਹਾਂ ਤੇ 360 ਕੈਮਰਾ ਇਹਦੇ ਵਿੱਚ ਦਿੱਤਾ ਗਿਆ ਸਨਰੂਫ ਵੀ ਇਹਦੇ ਵਿੱਚ ਆਏਗਾ ਤੇ ਸਪੇਸ ਇਹਦੇ ਵਿੱਚ ਜਿਹੜੀ ਕਾਫੀ ਜ਼ਿਆਦਾ ਦਿੱਤੀ ਗਈ ਆ ਬਲੈਨੋ ਨਾਲੋਂ ਸਪੇਸ ਵਧਾਈ ਗਈ ਆ ਬਲੈਨੋ ਦੀ ਸੇਲ ਦੋਸਤੋ ਪਿੱਛੇ ਬਹੁਤ ਜ਼ਿਆਦਾ ਵਧੀਆ ਰਹੀ ਹੈ ਤਾਂ ਹੀ ਕੰਪਨੀ ਨੇ ਬਲੈਨੋ ਪਲੇਟਫਾਰਮ ਤੇ ਉਹਦਾ ਇੱਕ ਨਵੀਂ ਜਨਰੇਸ਼ਨ ਲੈ ਕੇ ਆਈ ਆ ਗੱਡੀ ਨੋ ਡਾਊਟ ਫਰੰਟ ਤੋਂ ਬੈਕ ਤੋਂ ਬਹੁਤ ਸੋਹਣੀ ਆ ਬੜੀ ਇੰਪਰੂਵਮੈਂਟ ਕੀਤੀ ਗਈ ਹੈ ਬਿਲਡ ਕੁਆਲਟੀ ਦੀ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਕਿ ਮਰੂਤੀ ਸੰਯੁਕੀ ਇੰਪਰੂਵਮੈਂਟ ਕਰ ਰਹੀ ਆ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਆਪਾਂ ਅੱਛੀਆਂ ਸੇਫ ਗੱਡੀਆਂ ਜਿਹੜੀਆਂ ਗਾਕਾਂ ਨੂੰ ਦੇ ਸਕੀ ਹੈ ਗੱਲ ਸਾਈਡ ਲੁੱਕ ਦੀ ਕਰ ਲਈਏ ਤੇ ਹੂਬ ਹੂ ਬਲੈਨੋ ਨਾਲੋਂ ਮਿਲਦੀ ਹੈ ਥੋੜੇ ਜਿਹੀ ਐਲੀਮੈਂਟ ਵੱਖਰੇ ਲੱਗੇ ਆ ਔਰ ਇਹ ਹੈ ਵੀ ਐਸੈਸਰੀ ਦਾ ਪਾਰਟ ਆ ਕੰਪਨੀ ਨੇ ਇਹ ਨਹੀਂ ਦੇਣੇ ਇਹ ਜਿਹੜੇ ਤੁਸੀਂ ਬਲੈਕ ਬਲੈਕ ਐਲੀਮੈਂਟ ਦੇਖ ਰਹੇ ਹੋ ਇਹ ਸਾਰੇ ਐਸੈਸਰੀ ਦਾ ਪਾਰਟ ਆ ਤੇ ਬਾਕੀ ਜੇ ਫਰੰਟ ਬੈਕ ਲਾਈਟਾਂ ਸਾਈਡ ਤੇ ਕਰਦੀਏ ਤੇ ਗੱਡੀ ਪੂਰੀ ਬਲੈਨੋ ਨਾਲੋਂ ਮਿਲਦੀ ਹੈ ਫਰੰਟ ਲੁੱਕ ਜਿਹੜੀ ਇੱਕ ਮਿਨੀ ਗ੍ਰੈਂਡ ਵਿਟਾਰਾ ਆਪਾਂ ਕਹਿ ਸਕਦੇ ਆ ਬੈਕ ਤੋਂ ਇਹਦੀਆਂ ਕਨੈਕਟਿਡ ਲਾਈਟਾਂ ਤੇ ਅਗਲੀ ਗੱਲ ਆਪਾਂ ਇੰਜਨ ਦੀ ਕਰ ਲੈਨੇ ਆ ਇੰਜਨ ਇਹਦੇ ਵਿੱਚ ਬੂਸਟਰ ਜੈਟ 1 ਲੀਟਰ ਟਰਬੋ ਪੈਟਰੋਲ ਇੰਜਨ ਆਊਗਾ ギア ਬਾਕਸ ਆਟੋਮੈਟਿਕ ਔਰ ਮੈਨੂਅਲ ਦੋਨੇ ਹੋਣਗੇ ਇਹ ਇੰਜਨ 100 PS ਪਾਵਰ ਦੇਊਗਾ 148 ਨਿਊਟਨ ਮੀਟਰ ਟਾਰਕ ਦੇਊਗਾ ਔਰ ਦੂਸਰਾ ਇੰਜਨ 1.2 ਲੀਟਰ ਇਹ ਨਾਰਮਲ ਆਊਗਾ ਟਰਬੋ ਨਹੀਂ ਹੋਊਗਾ ਤੇ ਇਹ ਵੀ ਮੈਨੂਅਲ ਔਰ ਆਟੋਮੈਟਿਕ ਦੋਨਾਂ ਦੇ ਵਿੱਚ ਹੋਊਗਾ 82 PS ਪਾਵਰ ਦੇਊਗਾ 113 Nm ਟਾਰਕ ਦੇਊਗਾ ਇਹ ਦੋਨੇ ਇੰਜਨ ਸਮਾਰਟ ਹਾਈਬ੍ਰਿਡ ਦੇ ਵਿੱਚ ਹੋਣਗੇ ਤੇ ਇਹ ਮਰੂਤੀ ਸੰਯੁਕੀ ਵੱਲੋਂ ਹੀ ਦਿੱਤੇ ਜਾਣਗੇ ਇਹਦੇ ਵਿੱਚ ਟੋਇਟਾ ਦਾ ਕੋਈ ਵੀ ਇੰਜਨ ਜਾਂ ਕੁਝ ਵੀ ਨਹੀਂ ਹੋਏਗਾ ਹਾਂ ਇਹ ਹੋ ਸਕਦਾ ਕਿ ਇਹ ਗੱਡੀ ਟੋਇਟਾ ਵੀ ਆਪਣੇ ਵੱਲੋਂ ਲਾਂਚ ਕਰ ਦੇ ਉਹਦਾ ਕੁਝ ਨਾਮ ਚੇਂਜ ਕਰਕੇ ਜਾਂ ਥੋੜੀ ਬਹੁਤ ਚੇਂਜ ਕਰਕੇ ਕਿਉਂਕਿ ਇਹਨਾਂ ਦੋਨਾਂ ਕੰਪਨੀਆਂ ਦਾ ਆਪਸ ਸਮਝੌਤਾ ਹੋਇਆ ਤੇ ਜੋ ਮਰੂਤੀ ਸੰਯੁਕੀ ਲਾਂਚ ਕਰਦੀ ਹੈ ਉਹ ਹੀ ਟੋਇਟਾ ਕਰਦੀ ਹੈ ਅੱਗੇ ਵੱਡੀ ਗੱਲ ਆ ਜਾਂਦੀ ਹੈ ਪ੍ਰਾਈਸ ਰੇਂਜ ਦੀ ਤੇ ਦੋਸਤੋ ਕੰਪਨੀ ਦਾ ਕਹਿਣਾ ਹੈ ਕਿ ਪ੍ਰਾਈਸ ਰੇਂਜ ਜਿਹੜੀ ਹੈ ਉਹ ਆਪਾਂ ਬਰੀਜ਼ਾ ਦੇ ਆਸ-ਪਾਸ ਰੱਖਾਂਗੇ ਬਰੀਜ਼ਾ ਨਾਲੋਂ ਥੋੜੀ ਜਿਹੀ ਸਸਤੀ ਹੋਏਗੀ ਐਕਚੁਅਲ ਪ੍ਰਾਈਸ ਦਾ ਇਹ ਦਾ ਮਾਰਚ-ਅਪ੍ਰੈਲ ਦੇ ਵਿੱਚ ਹੀ ਪਤਾ ਲੱਗੂਗਾ ਪਰ ਜਿਹੜਾ ਅੰਦਾਜ਼ਾ ਲਾਇਆ ਜਾ ਰਿਹਾ 7.5 ਤੋਂ ਲੈ ਕੇ 13 ਲੱਖ ਦੇ ਵਿੱਚ ਇਹਦੀ ਕੀਮਤ ਜਿਹੜੀ ਆ ਹੋ ਸਕਦੀ ਆ ਗੱਡੀ ਨੋ ਡਾਊਟ ਬਹੁਤ ਸੋਹਣੀ ਆ ਬੜੀ ਜ਼ਿਆਦਾ ਡਿਫਰੈਂਟ ਲੁੱਕ ਦੇ ਰਹੀ ਆ ਔਰ ਬਲੀਨੋ ਨਾਲੋਂ ਹਾਈਟ ਵੀ ਵੱਧ ਹੈ ਲੰਬੀ ਵੀ ਜ਼ਿਆਦਾ ਤੇ ਚੌੜੀ ਵੀ ਜ਼ਿਆਦਾ ਇਸ ਕਰਕੇ ਇਹ ਕਾਫੀ ਜ਼ਿਆਦਾ ਲੋਕਾਂ ਨੂੰ ਪਸੰਦ ਆਉਣ ਵਾਲੀ ਆ ਔਰ ਦੋਸਤੋ ਮਰਕਤੀ ਸਿੰਘ ਜੁਕੀਚ ਹਜੇ ਹੋਰ ਬਹੁਤ ਕੁਝ ਆ ਅੱਗੇ-ਅੱਗੇ ਦੇਖਦੇ ਰਹੋ ਨਵੀਂ ਬਰੀਜ਼ਾ ਗ੍ਰੈਂਡ ਵਿਟਾਰਾ ਦੇ ਵਿੱਚ ਨਵੇਂ ਕਲਰ ਸਾਰੇ ਤੁਹਾਨੂੰ ਮੈਂ ਅੱਗੇ-ਅੱਗੇ ਵੀਡੀਓ ਚ ਦਿਖਾਉਣਾ ਨਾਲ ਬਣੇ ਰਹੋ